शुरू करो हौली हौली के दब के दब के दब के। एक सौल बादशाह सी, सौल बादशाह वो खुदा दे हुक्मां नू पूरा ना कर सकया। खुदा नू एक बादशाह दी लोड़ सी, खुदा ने एक बादशाह दी लोड़ सी। उन्हें बनिए नू आख्या, बनिए नू आख्या तू यस्सी दे पुत्रां च एक नू खुदा दी किस्मत वास्ते चुन। बनिया तुर पिया, तुरै तुरै जांदा, आखता जांदा है यस्सी दा घर लब्भना। उहदे पुत्रां च इक नूं खुदा दी खिदमत वास्ते चुनना। तुरै तुरै जांदा यस्सी दा घर लब्भ लिया। यस्सी नूं आखण लगा, यस्सी कित्थे ने तेरे पुत्तर, आ वेखा आ वेखा, किथे ने तेरे पुत्र, आवे कट्ठे हो जाओ मेरे पुत्रो, कट्ठे हो जाओ, आ वेखा जी आ गए सारे पुत्र। नहीं यस्सी, तू ते आंदा से मेरे सत पुत्र ने, आ ते छे ही ने, आ ते छे ही ने, सतवा तक दऊद है। नहीं यस्सी, उन्हें इत्थे होना चाहिए। अपने पुत्रां नूं आखांगा दाऊद अपने छोटे भरा नूं छेती नाल लभ के लैओ। दाऊद नूं अपने छोटे भरा नूं छेती नाल लभ के लैओ। ओह वाजां मारदे जांदे, दाऊद दाऊद तुसीं जल्दी घर आ जाओ। दाऊद आखांगे इत्थे मेरी की लोड़ है घर। आखन लगे ओ घर तैन बुलांदे पए ने खुदा दी खिदमत वास्ते, साडे विचों एक नूं चुगना चाहुंदे ने। दाऊद आखन लगा इह तां साडे वास्ते वडियाई वाली गल है। दाऊद आ गया जी घर। बनिया आखन लगा यस्सी आया पुत्र जिन्हूं खुदा ने चुगया, आया जिन्हूं खुदा ने चुगया है। दाऊद बेटे छिना मेरे नेड़े हो जा। चलो चलो करी जाओ तुसी। दाऊद बेटे छिना मेरे नेड़े हो जा, मैं तेन खुदा की खिदमत से मसा करना। दाऊद छिदना मैनू कुट्टी फड़ा, मैं तेन खुदा की खिदमत मसा करना। दाऊद मसा हो गया, दाऊद मसा हो गया। नाल दे नाल सऊल बादशाह ने ऐलान किया सी, नाल दे नाल सऊल बादशाह ने ऐलान किया सी जेड़ा जाति जूलियन मारेगा उन मैं धी का रिश्ता भी देवा। जेड़ा जाति जूलियन मारेगा उन मैं धी का रिश्ता भी देवगा। दाऊद आखांगा जी जाति जूलियन मैं लड़ांगा। किसी ने जा दस्या सऊल बादशाह ने जी दाऊद आंदा मैं लड़ांगा, उन्हूं छेती हाजर करो। दाऊद आ गया जी। दाऊद सुनिया तू जाति जूलियन नाल लड़ना चाहना? हाँ जी मैं लड़ना चाहना। भेड़ा बकरियां दे विच शेर या रिछ आ जावे तू उन्हें मार देंदा, चीर देंदा। जाति जूलिया की शहर, जाति जूलिया की शहर। अच्छा दाऊद मेरा बड़ा पक्का मान है, जा इन मेरे पंजे हथियार दे दियो। दाऊद नु पंजे हथियार दे दियो, ग्राई घोड़ा भी दे दियो। दाऊद आखन लगा
ਤੇ ਬੜੇ ਭਾਰੀ ਨੇ, ਇਹ ਤੇ ਬੜੇ ਭਾਰੀ ਨੇ, ਇਹ ਤੇ ਮੇਰੇ ਤੋਂ ਚੁੱਕੇ ਵੀ ਨਹੀਂ ਜਾਂਦੇ। ਦੋ ਤੂੰ ਕਾਹਨੇ ਲੜੇਗਾ, ਤੇਰੇ ਕੋਲ ਤਾਂ ਕੁਛ ਵੀ ਨਹੀਂ, ਮੇਰੇ ਕੋਲ ਆਪਣੀ ਕੁਬਾਣੀ ਹੈ, ਇਹ ਮੇਰਾ ਹਥਿਆਰ ਹੈ। ਜਾ ਖੁਦਾ ਤੇਰੇ ਸਾਥ ਹੋਏ ਦਊ, ਦਊ ਤੁਰ ਪਿਆ ਉਹਦੇ ਨਾਲ ਦੇ ਨਾਲ ਸੋਲ ਬਾਦਸ਼ਾਹ ਦੇ ਦਊਦ ਦੇ, ਦਊਦ ਦੇ ਦੋ ਭਰਾ ਮੈਦਾਨ ਦੇ ਵਿੱਚ ਨੇਜਾਬਾਜ਼ੀ ਖੇਡਦੇ, ਦਊਦ ਦੇ ਦੋ ਭਰਾ ਨੇਜਾਬਾਜ਼ੀ ਖੇਡਦੇ ਮੈਦਾਨ ਦੇ ਵਿੱਚ, ਉਹ ਵੀ ਤਿਆਰੀ ਕਰਦੇ ਜਾਤੀ ਜੂੜਿਆਂ ਨੂੰ ਲੜਨ ਵਾਸਤੇ। ਦਊਦ ਆਖਣ ਲੱਗਾ ਕਿ ਘਰ ਬੈਠੇ ਸਾਨੂੰ ਕੀ ਪਤਾ ਲੱਗਦਾ, ਭਰਾਵਾਂ ਦਾ ਪਤਾ ਤਾਂ ਲਈਏ। ਦਊਦ ਤੁਰ ਪਿਆ, ਉਹਨੇ ਪੰਜ ਰੋਟੀਆਂ ਲੈ ਲਈਆਂ ਤੇ ਭੁੱਜੇ ਦਾਣੇ ਲੈ ਲਏ। ਦਊਦ ਭਰਾਵਾਂ ਦਾ ਪਤਾ ਲੈਣ ਤੁਰ ਪਿਆ, ਉਹ ਦੂਰੋਂ ਵੇਖ ਕੇ ਆਉਂਦੇ ਨੇ, ਉਹ ਦਊਦ ਵੀ ਲਗਾ ਆਉਂਦਾ, ਉਹ ਤਾਂ ਫਲਿਸਤੀਆਂ ਬੈਂਸਰੀ ਨਾਲ ਹੀ ਸਵਾ ਦੇਵੇਗਾ। ਹੱਸਦੇ ਪਏ ਨੇ, ਦਊਦ ਦਊਦ ਕੁਛ ਖਾਣ ਪੀਣ ਨੂੰ ਵੀ ਲਿਆਂਦਾ, ਹਾਂ ਬੜਾ ਕੁਛ ਲਿਆਂਦਾ, ਪੰਜ ਰੋਟੀਆਂ ਲਿਆਂਦੀਆਂ, ਕੋਈ ਭੁੱਜੇ ਦਾਣੇ ਵੀ ਲਿਆਂਦੇ, ਪੰਜ ਰੋਟੀਆਂ ਵੀ ਲਿਆਂਦੀਆਂ, ਭੁੱਜੇ ਦਾਣੇ ਵੀ ਲਿਆਂਦੇ, ਤੁਸੀਂ ਇਹ ਮੈਨੂੰ ਹਾਲ ਵਾਲ ਸੁਣਾਓ, ਇੱਥੇ ਹੋ ਕੀ ਰਿਹਾ, ਦਊਦ ਤੈਨੂੰ ਸੱਚੀ ਕੀ ਦੱਸੀਏ। ਜਾਤੀ ਜੂਲੀ ਆਉਂਦਾ ਇੱਧਰ ਨਾਰੇ ਮਾਰਦਾ ਹੀ, ਕੋਈ ਜ਼ੁਰਤ ਨਹੀਂ ਕਰਦਾ, ਕੋਈ ਜ਼ੁਰਤ ਨਹੀਂ ਕਰਦਾ ਉਹਦੇ ਨਾਲ ਲੜਨ ਵਾਸਤੇ, ਕੋਈ ਇੱਥੋਂ ਜ਼ੁਰਤ ਹੀ ਨਹੀਂ ਕੋਈ ਕਰਦਾ। ਅੱਛਾ ਨਾ ਮੈਂ ਲੜਾਂ, ਭਰਾ ਆਉਂਦੇ ਨੇ, ਤੇਰੇ ਕੋਲ ਤਾਂ ਕੁਝ ਵੀ ਨਹੀਂ, ਤੂੰ ਕਾਹਨਾਂ ਲੜੇਗਾ, ਆਖਣ ਤਾਂ ਮੇਰੇ ਕੋਲ ਆਪਣੀ ਕੁਰਬਾਨੀ ਹੈ, ਇਹ ਮੇਰਾ ਹਥਿਆਰ ਹੈ, ਮੇਰੇ ਕੋਲ ਆਪਣੀ ਕੁਰਬਾਨੀ ਅਤੇ ਇਹ ਮੇਰਾ ਹਥਿਆਰ ਹੈ। ਮੈਂ ਜਾਂਦੇ ਜਾਂਦਾ ਪੰਜਾਂ ਗੀਟੇ ਨੂੰ ਲੋੜ, ਜਾਂਦਾ ਜਾਂਦਾ ਨਦੀ 'ਚੋਂ ਲੈ ਲਵਾਂਗਾ। ਦਊਦ ਤੁਰ ਪਿਆ ਜੀ, ਨਦੀ ਵਿੱਚ ਤੁਰਿਆ ਜਾਂਦਾ ਹੈ, ਉਹ ਗੀਟੇ ਨਾਲ ਗੀਟਾ ਖਟਾਉਂਦੇ, ਹੈ ਵੀ ਚੰਗਾ ਇੱਕ, ਹੈ ਵੀ ਚੰਗਾ ਇੱਕ, ਹੈ ਵੀ ਚੰਗਾ। ਹੁਣ ਮੈਂ ਜਾਤੀ ਜੂਲੀਏ ਨਾਲ ਲੜਨ ਵਾਸਤੇ ਤਿਆਰ। ਉਦੋਂ ਜਾਤੀ ਜੂਲੀਏ ਨਾਲ ਨਾਰਾ ਮਾਰਿਆ, ਕੱਢੋ ਆਪਣਾ ਜਵਾਨ ਕੋਈ ਜਿਹੜਾ ਮੇਰੇ ਨਾਲ ਲੜੇ। ਦਊਦ ਆਖਣ ਲੈ ਫਿਰ ਮੈਂ ਆ ਗਿਆ ਹੀ, ਆਖਣ ਉਹ ਮੁੰਡਿਆ ਤੂੰ ਸੋਟੀ ਲੈ ਕੇ ਇੱਥੇ ਕੋਈ ਕੁੱਤੇ ਮੋੜਨ ਆਇਆ, ਤੂੰ ਆਪਣਾ ਵਾਰ ਘਰ ਮੈਂ ਆ ਗਿਆ ਹੀ, ਉਹਨੇ ਵਾਰ ਕੀਤਾ ਬਚਾ ਲਿਆ ਉਹਨੇ। ਦਊਦ ਨੇ ਮਾਰੀ ਕੁਰਬਾਨੀ ਤੋਂ ਗੀਤਾ ਉਹਦੇ ਮੱਥੇ ਜਾ ਕੇ ਵੱਜਿਆ, ਜਾਤੀ ਜੂਲੀਆ ਡਿੱਗ ਪਿਆ, ਤਲਵਾਰ ਚੁੱਕ ਕੇ ਗਾਟਾ ਲਾ ਦਿੱਤਾ, ਢੋਲ ਵੱਜਣੇ ਸ਼ੁਰੂ ਹੋ ਗਏ, ਢੋਲ ਵੱਜਣਾ ਸ਼ੁਰੂ ਹੋ ਗਏ, ਭੰਗੜੇ ਪੈਣ ਲੱਗ ਪਏ। ਉਧਰ ਸਾਊਲ ਬਾਦਸ਼ਾਹ ਨੂੰ ਬੁਰੀ ਰੂਹ ਸਤਾਉਣ ਲੱਗ ਗਈ, ਆਖਰ ਹਾਫਿਜ਼ ਬਾਹਰ ਸ਼ੋਰ ਕਾਹਦਾ ਹੈ, ਜੀ ਦਊਦ ਨੇ ਦਊਦ ਨੇ ਜਾਤੀ ਜੂਲੀਅਨ ਕਿਉਂ ਮਾਰਿਆ, ਦੁਨੀਆਂ ਜਸ ਪਈ ਗਾਉਂਦੀ ਹੈ, ਹਾਂ ਜਸ ਪਈ ਗਾਉਂਦੀ ਹੈ, ਬਾਦਸ਼ਾਹ ਉਹ ਨਹੀਂ ਬਾਦਸ਼ਾਹ ਮੈਂ ਹਾਂ, ਮੈਂ ਬਾਦਸ਼ਾਹ ਮੈਂ ਹਾਂ, ਹਾਫਿਜ਼ ਮੈਨੂੰ ਸ਼ੀਰ ਨੇ ਬੋਤਲ ਫੜਾ ਸ਼ਰਾਬ ਦੀ, ਖਿੜਕੀਆਂ ਬੰਦ ਕਰ ਦੇ, ਖਿੜਕੀਆਂ ਬੰਦ ਕਰ ਦੇ, ਦਊਦ ਨੂੰ ਮੇਰੇ ਕੋਲ ਹਾਜ਼ਰ ਕਰੋ, ਦਊਦ ਨੂੰ ਮੇਰੇ ਕੋਲ ਹਾਜ਼ਰ ਕਰੋ। ਦਊਦ ਆ ਗਿਆ ਜੀ, ਦਊਦ ਆ ਗਿਆ, ਦਊਦ ਨੁੱਕਰ ਦੇ ਵਿੱਚ ਬਹਿ ਜਾ, ਤੇਰਾ ਧਿਆਨ ਬਰਬਤ ਦੇ ਵਿੱਚ ਹੋਵੇ, ਦਊਦ ਨੁੱਕਰ ਦੇ ਵਿੱਚ ਬਹਿ ਗਿਆ, ਦਊਦ ਨੁੱਕਰ ਦੇ ਵਿੱਚ ਬਹਿ ਗਿਆ, ਸਾਊਲ ਬਾਦਸ਼ਾਹ ਨੇ ਮਾਰਿਆ ਨੇਜਾ, ਇਹ ਬਚ ਗਿਆ,
ਦੂਜੀ ਵਾਰੀ ਫੇਰ ਮਾਰਦਾ ਇਹ ਬਚ ਗਿਆ ਨਹੀਂ ਹੁਣ ਇਹਨੂੰ ਫਲਿਸਤੀਆ ਹੀ ਮਾਰਨਗੇ ਇਹਨੂੰ ਫਲਿਸਤੀਆ ਹੀ ਮਾਰਨਗੇ ਦਾਊਦ ਨੂੰ ਆਖਣਾ ਦਾਊਦ ਤੂੰ ਫਲਿਸਤੀਆ 70 ਖਲੜੀਆਂ ਲੈ ਕੇ ਆ ਫਿਰ ਮੈਂ ਤੇਰਾ ਵਿਆਹ ਕਰ ਦੇਵਾਂਗਾ ਦਾਊਦ ਨੂੰ ਆਖਣਗਾ 70 ਖਲੜੀਆਂ ਲੈ ਕੇ ਆ ਮੈਂ ਤੇਰਾ ਵਿਆਹ ਕਰ ਦੇਵਾਂਗਾ ਦਾਊਦ ਤੁਰ ਪਿਆ ਜੀ 70 ਖਲੜੀਆਂ ਵੀ ਲੈਣ ਉਧਰੋਂ ਨਾਲ ਦੇ ਨਾਲ ਸਾਊਲ ਬਾਦਸ਼ਾਹ ਦਾ ਬੇਟਾ ਤੇ ਬੇਟੀ ਇਹ ਵੀ ਦਾਊਦ ਵੱਲ ਦੇ ਸੀ ਉਹਦਾ ਬੇਟਾ ਰਸਤੇ ਦੇ ਵਿੱਚ ਜਾ ਕੇ ਖਲੋ ਗਿਆ ਰਸਤੇ ਜਾ ਕੇ ਖਲੋ ਗਿਆ ਰਾਤ ਦੇ ਟਾਈਮ ਰੂਹ ਤੋਂ ਦੀ ਬੇਟੀ ਸਾਊਲ ਦੀ ਉਹ ਗਈ ਦਾਊਦ ਉਹਦਾ ਭਰਾ ਆਖਣ ਲੱਗਾ ਰੂਹ ਤੈਨੂੰ ਇਸ ਵੇਲੇ ਨਹੀਂ ਸੀ ਆਉਣਾ ਚਾਹੀਦਾ ਤੈਨੂੰ ਇਸ ਵੇਲੇ ਨਹੀਂ ਆਉਣਾ ਚਾਹੀਦਾ ਵੱਖ ਵੀ ਦਾਊਦ ਆਖਣਗਾ ਦਾਊਦ ਨੂੰ ਕੁਛ ਨਹੀਂ ਹੋਣ ਲੱਗਾ ਦਾਊਦ ਨੂੰ ਕੁਛ ਨਹੀਂ ਹੋਣ ਲੱਗਾ ਉਹ ਖੁਦਾ ਦਾ ਮਸਾ ਕੀਤਾ ਹੋਇਆ ਦਾਊਦ ਨੂੰ ਕੁਛ ਨਹੀਂ ਹੋਣ ਲੱਗਾ ਉਹ ਖੁਦਾ ਦਾ ਮਸਾ ਕੀਤਾ ਰੂਹ ਤਾਂ ਆਖਾਂ ਵੀ ਮਸਾ ਕੀਤਾ ਹੋਇਆ ਹਾਂ ਕੱਲ੍ਹ ਤੱਕ 70 ਖਲੜੀਆਂ ਲੈ ਕੇ ਆ ਜਾਵੇਗਾ ਦਾਊਦ ਨੂੰ ਕੁਛ ਨਹੀਂ ਹੋਣ ਲੱਗਾ ਅੱਛਾ ਫਿਰ ਮੈਂ ਜਾਣੀ ਹਾਂ ਰੂਤ ਆ ਗਈ ਦਾਊਦ 70 ਖਲੜੀਆਂ ਵੀ ਲੈ ਕੇ ਆ ਗਿਆ ਸਾਊਲ ਬਾਦਸ਼ਾਹ ਨੂੰ ਵਿਆਹ ਕਰਨਾ ਹੀ ਪੈ ਗਿਆ ਸਾਊਲ ਬਾਦਸ਼ਾਹ ਨੂੰ ਵਿਆਹ ਕਰ ਦਿੱਤਾ ਸਾਊਲ ਬਾਦਸ਼ਾਹ ਨੇ ਦਾਊਦ ਦਾ ਵਿਆਹ ਕਰ ਹੀ ਦਿੱਤਾ ਫਿਰ ਨਾਲ ਦੇ ਨਾਲ ਉਹ ਪਿੱਛਾ ਫਿਰ ਵੀ ਮਾਰਨਾ ਚਾਹੁੰਦਾ ਸੀ ਸਾਊਲ ਬਾਦਸ਼ਾਹ ਮਾਰਨਾ ਚਾਹੁੰਦਾ ਸੀ ਇੱਕ ਦਿਨ ਉਹਨੂੰ ਫੌਜਾਂ ਲੈ ਕੇ ਸਾਊਲ ਬਾਦਸ਼ਾਹ ਨੇ ਦਾਊਦ ਦੇ ਘਰ ਨੂੰ ਘੇਰਾ ਪਾ ਲਿਆ ਫੌਜਾਂ ਲੈ ਕੇ ਦਾਊਦ ਦੇ ਘਰ ਨੂੰ ਘੇਰਾ ਪਾ ਲਿਆ ਉਹ ਰੂਤ ਨੇ ਪਿਛਲੀ ਖਿੜਕੀ ਥਾਣੀ ਬਾਹਰ ਕੱਢ ਦਿੱਤਾ ਪਿਛਲੀ ਖਿੜਕੀ ਥਾਣੀ ਬਾਹਰ ਕੱਢ ਦਿੱਤਾ ਆਖਣਗਾ ਸਾਊਲ ਬਾਦਸ਼ਾਹ ਆਖਣਗਾ ਵੇਖੋ ਕਿੱਥੇ ਜਾ ਕੇ ਲੁੱਕ ਗਿਆ ਹੁਣ ਨਹੀਂ ਬਚ ਕੇ ਜਾਵੇਗਾ ਉਹ ਜੇ ਆਖਣਗੀ ਉਹ ਆਪਣੀ ਰਾਤ ਦੇ ਵਿੱਚ ਹੀ ਬੈਠਾ ਹੋਇਆ ਉਹਨੇ ਕਿੱਥੇ ਜਾਣਾ ਇਹਦੋ ਕੋਈ ਕੋਈ ਲੋਕ ਦਾਊਦ ਵੱਲ ਦੇ ਤੁਰੇ ਜਾਂਦੇ ਦਾਊਦ ਆਖਣਗਾ ਬਈ ਤੁਸੀਂ ਮੇਰੇ ਵੱਲ ਕਿਉਂ ਦੇ ਜਾਂਦੇ ਜੀ ਸਾਡੇ ਕੋਲ ਲਗਾਨ ਅਤੇ ਮਾਮਲਾ ਨਹੀਂ ਭਰਿਆ ਜਾਂਦਾ ਅਸੀਂ ਤੁਜੜੇ ਪੁਜੜੇ ਤੇਰੇ ਵੱਲ ਹੀ ਆ ਗਏ ਦਾਊਦ ਆਖਣਗਾ ਅੱਛਾ ਮੇਰੇ ਵੱਲ ਆ ਗਏ ਜੀ ਇਹ ਮੈਨੂੰ ਦੱਸੇ ਫੌਜ ਸਾਡੇ ਤੱਕ ਕਦੋਂ ਤੱਕ ਪਹੁੰਚ ਜਾਏ ਇੱਕ ਆਖਣਗਾ ਜੀ ਉਹਨਾਂ ਨੂੰ ਇੱਕ ਰਾਤ ਤੇ ਲੱਗ ਹੀ ਜਾਏਗੀ ਦਾਊਦ ਆਖਣਗਾ ਅੱਛਾ ਰਾਤ ਲੱਗ ਜਾਏਗੀ ਅਸੀਂ ਕੋਈ ਬੰਦੇ ਭੇਜਾਂਗੇ ਉਹਨਾਂ ਦੀ ਖਬਰ ਲੈ ਕੇ ਆਉਣਗੇ ਅਸੀਂ ਕੋਈ ਬੰਦੇ ਭੇਜਾਂਗੇ ਉਹਨਾਂ ਦੀ ਖਬਰ ਲੈ ਕੇ ਆਉਣਗੇ ਦਾਊਦ ਆਖਣ ਨਹੀਂ ਮੈਂ ਆਪ ਹੀ ਜਾਵਾਂਗਾ ਇੱਕ ਇੱਛੋਂ ਆਖਾਂ ਤਾਂ ਮੈਂ ਵੀ ਫਿਰ ਨਾਲ ਤੇਰੇ ਚੱਲਾਂਗਾ ਦਾਊਦ ਆਖਣ ਦਾ ਫਿਰ ਤੂੰ ਹੁਣੇ ਤਿਆਰੀ ਕਰ ਲਾ ਤੂੰ ਹੁਣੇ ਤਿਆਰੀ ਕਰ ਲਾ ਉਹ ਗਏ ਨੇ ਤੇ ਫੌਜ ਸੁੱਤੀ ਆ ਥੋੜੀ ਨੀਂਦ ਸੁੱਤੀ ਸਾਊਲ ਬਾਦਸ਼ਾਹ ਹੀ ਸੁੱਤਾ ਸਾਊਲ ਬਾਦਸ਼ਾਹ ਸਰਹੰਦੀਓ ਨੇਜਾ ਚੁੱਕ ਲਿਆ ਇੱਕ ਸੁਰਾਹੀ ਪਾਣੀ ਵਾਲੀ ਚੁੱਕ ਕੇ ਆ ਗਏ ਦਿਨ ਚੜਿਆ ਫੌਜ ਵੀ ਆਕੜਾਂ ਛੱਕੜਾਂ ਭਰਦੀ ਆ ਤੇ ਮੂੰਹ ਹੱਥ ਧੋਂਦੀ ਆ ਸਾਊਲ ਬਾਦਸ਼ਾਹ ਉੱਠਿਆ ਮੇਰਾ ਨੇਜਾ ਕਿੱਧਰ ਗਿਆ ਉਹ ਮੇਰਾ ਨੇਜਾ ਕਿੱਧਰ ਗਿਆ ਉਦੋਂ ਦਾਊਦ ਆਵਾਜ਼ ਦਿੰਦਾ ਬਾਦਸ਼ਾਹ ਸਲਾਮਤ ਫੌਜ ਤੇਰੇ ਸਿਰ ਦੀ ਰਖਵਾਲੀ ਨਹੀਂ ਕਰ ਸਕਦੀ ਫੌਜ ਤੇਰੇ ਸਿਰ ਦੀ ਰਖਵਾਲੀ ਨਹੀਂ ਕਰ ਸਕਦੀ
ਆਖਾਂ ਇਹ ਆਵਾਜ਼ ਕਿੱਥੋਂ ਆਉਂਦੀ ਹੈ, ਮੇਰੀ ਆਵਾਜ਼ ਸੁਣੀ ਹੋਈ ਹੈ, ਇਹ ਆਵਾਜ਼ ਕਿੱਥੋਂ ਆਉਂਦੀ, ਮੇਰੀ ਆਵਾਜ਼ ਸੁਣੀ ਹੋਈ ਹੈ, ਨਹੀਂ ਤਾਂ ਦਊਤ ਲੱਗਦਾ। ਦਊਤ ਫਿਰ ਆਵਾਜ਼ ਦਿੰਦਾ, ਬਾਦਸ਼ਾਹ ਸਲਾਮਤ, ਆਪਣੇ ਬੰਦੇ ਭੇਜ, ਆ ਲੈ ਜਾ ਤੇ ਸੁਰਾਈ ਲੈ ਜਾਣ, ਜਿਵੇਂ ਚਾਹੁੰਦਾ ਇੱਕੇ ਵਾਰੀ ਤੈਨੂੰ ਮੇਜੇ ਨੇ ਪਰੋਜ ਦਿੰਦਾ, ਪਰ ਮੇਰਾ ਹੱਥ ਤੇਰੇ ਉੱਤੇ ਨਹੀਂ ਉੱਠੇਗਾ। ਫਿਰ ਉਹਨੂੰ ਆਵਾਜ਼ ਦਿੰਦਾ, ਦਊਦ ਬੇਟੇ ਆ ਜਾ, ਹੁਣ ਮੈਂ ਤੈਨੂੰ ਕੁਝ ਨਹੀਂ ਆਖਾਂਗਾ। ਦਊਦ ਬੇਟੇ ਆ ਜਾ, ਹੁਣ ਮੈਂ ਤੈਨੂੰ ਕੁਝ ਨਹੀਂ ਆਖਾਂਗਾ। ਬਸ ਖਤਮ।